ਐਨੀਵਰਸਰੀ ਤੇ ਮੱਥਾ ਟੇਕਣ ਜਾ ਰਿਹਾ ਸੀ ਬਜ਼ੁਰਗ ਜੋੜਾ। ਰਸਤੇ ਵਿੱਚ ਸਕੋਰਪੀਓ ਗੱਡੀ ਨੇ ਦੋਨਾਂ ਨੂੰ ਮਾਰੀ ਟੱਕਰ। ਵਿਆਹ ਦੀ ਵਰੇ ਗੰਢ ਤੇ ਹੀ ਹੋਈ ਪਤੀ ਪਤਨੀ ਦੀ ਮੌਤ। ਤਾਂ ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਆਪਣੇ ਵਿਆਹ ਦੀ ਵਰੇ ਗੰਢ ਤੇ ਬਜ਼ੁਰਗ ਪਤੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸਦੇ ਕਿ ਇਹਨਾਂ ਦਾ ਪੁੱਤ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਫੋਨ ਤੇ ਸਵੇਰੇ ਪੁੱਤ ਨੇ ਦੋਨਾਂ ਨੂੰ ਵਿਆਹ ਦੇ ਵਰੇ ਗੰਢ ਦੀਆਂ ਵਧਾਈਆਂ ਦਿੱਤੀਆਂ ਸੀ। ਫਿਰ ਥੋੜ੍ਹੇ ਸਮੇਂ ਬਾਅਦ ਇਹ ਦੋਨੋਂ ਸ੍ਰੀ ਰਾਡਾ ਸਾਹਿਬ ਸਕੂਟੀ ਤੇ ਸਵਾਰ ਹੋ ਕੇ ਮੱਥਾ ਟੇਕਣ ਜਾਂਦੇ ਨੇ। ਤਾਂ ਸਾਹਮਣੇ ਤੋਂ ਆ ਰਹੇ ਸਕੋਰਪੀਓ ਕਾਰ ਦੋਨਾਂ ਨੂੰ ਭਿਆਨਕ ਟੱਕਰ ਮਾਰਦੀ ਹੈ, ਜਿਸ ਕਾਰਨ ਇਹ ਜ਼ਖਮੀ ਹੋ ਜਾਂਦੇ ਨੇ। ਤਾਂ ਹਸਪਤਾਲ ਇਹਨਾਂ ਨੂੰ ਪਹੁੰਚਾਇਆ ਜਾਂਦਾ ਹੈ, ਜਿੱਥੇ ਇਲਾਜ ਦੇ ਦੌਰਾਨ ਦੋਨਾਂ ਦੀ ਮੌਤ ਹੋ ਗਈ। ਤਾਂ ਦੱਸਦੇ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਬਜ਼ੁਰਗ ਜੋੜੇ ਦੀ ਮੌਤ ਹੋਈ ਹੈ ਤੇ ਪੁਲਿਸ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਫਿਲਹਾਲ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਜੋੜੇ ਦਾ ਇੱਕ ਮੁੰਡਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਦੋ ਕੁੜੀਆਂ ਵਿਆਹੀਆਂ ਹੋਈਆਂ ਨੇ। ਤਾਂ ਅੱਜ ਉਹਨਾਂ ਦੀ ਐਨੀਵਰਸਰੀ ਸੀ, ਤਾਂ ਪੁੱਤ ਦੇ ਵੱਲੋਂ ਆਪਣੇ ਮਾਤਾ ਪਿਤਾ ਨੂੰ ਵਿਆਹ ਦੇ ਵਰੇਗੰਢ ਦੀਆਂ ਵਧਾਈਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਇਹ ਦੋਨੋਂ ਰਾਡਾ ਸਾਹਿਬ ਦੇ ਲਈ ਦਰਸ਼ਨ ਕਰਨ ਲਈ ਜਾਂਦੇ ਨੇ। ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਕਾਰ ਇਹਨਾਂ ਦੀ ਸਕੂਟੀ ਨੂੰ ਭਿਆਨਕ ਟੱਕਰ ਮਾਰਦੀ ਹੈ, ਜਿਸ ਵਿੱਚ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਸਕੋਰਪੀਓ ਸਵਾਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚਾਚਾ ਚਾਚੀ ਕਿਵੇਂ ਹਾਸਾ ਵਾਪਰਿਆ? ਰਾੜਾ ਸਾਹਿਬ ਜਾ ਰਹੇ ਸੀਗੇ ਜੀ ਮੱਥਾ ਟੇਕਣ, ਮੈਰਿਜ ਐਨਵਰਸਰੀ ਸੀਗੀ। ਬਸ ਜਦੋਂ ਜੀ ਕੇ ਰਿਸੋਰਟ ਦੇ ਮੂਹਰੇ ਪਹੁੰਚੇ ਜੀ, ਉੱਧਰ ਇੱਕ ਨੋ ਆਪਣੇ ਸਕੋਰਪੀਓ ਗੱਡੀ ਆ, ਉਹਨੇ ਓਵਰਟੇਕ ਕੀਤਾ, ਫੋਨ ਉਹਦੇ ਹੱਥ ਕੰਨ 'ਤੇ ਲੱਗਿਆ ਸੀਗਾ, ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ। ਇਹ ਲੈਫਟ ਸਾਈਡ ਲੱਗੇ ਜੀ, ਚਾਚਾ ਦੀ ਮੌਤ ਤਾਂ ਔਨ ਦੀ ਸਪੋਟ ਹੀ ਹੋ ਗਈ, ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ। ਅੱਛਾ, ਅਤੇ ਹੁਣ ਜਿਹੜਾ ਕੀ ਕਾਰਵਾਈ ਹੋ ਰਹੀ ਹੈ ਜੀ? ਕਾਰਵਾਈ ਜੀ ਹੁਣ ਪਰਚਾ ਹੋ ਗਿਆ ਨਾ ਜੀ, ਮੈਂ ਪਿੱਛੇ ਸੀਗਾ ਥੋੜ੍ਹਾ ਜਿਹਾ ਉਹਨਾਂ ਤੋਂ, ਮੈਂ ਵੀ ਜਾ ਰਿਹਾ ਸੀਗਾ, ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ। ਆਂਟੀ ਨੂੰ ਹੋਸਪਿਟਲ ਲੈ ਕੇ ਦਰਾਹੇ ਆਪਣੇ ਰਾੜਾ ਸਾਹਿਬ ਜੀ, ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕੀਤਾ DMC ਲੈ ਕੇ ਗਏ, ਜਦੋਂ DMC ਪਹੁੰਚੇ ਤਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜੀ। ਅਤੇ ਮਾਮਲਾ ਦਰਜ ਹੋ ਗਿਆ ਜੀ? ਮਾਮਲਾ ਦਰਜ ਹੋ ਗਿਆ ਜੀ। ਅਤੇ ਉਹਨਾਂ ਦਾ ਬੇਟਾ ਜਿਹੜਾ? ਬੇਟਾ ਅੱਜ ਆਇਆ ਸੁਬਾਹ 6:30 ਪਹੁੰਚਿਆ ਜੀ, ਬਾਹਰ ਗਿਆ ਸੀਗਾ, 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ ਹਲੇ। ਅੱਛਾ, ਅੱਜੇ ਪਹੁੰਚਿਆ ਜੀ ਹਲੇ, ਉਹ ਹੁਣ ਘਰੇ ਆ ਜੀ, ਹੁਣ ਜਾ ਸੀ ਕੈਨੇਡਾ ਗਿਆ ਸੀਗਾ ਜੀ ਉਹ। ਅਤੇ ਜਿਹੜੀ ਮੈਰਿਜ ਐਨਵਰਸਰੀ ਮਨਾਈ ਕਿੰਨਵਾਂ? ਮਨਾਉਣੀ ਸੀਗੀ ਜੀ, ਹਲੇ ਤਾਂ ਗੁਰਦੁਆਰੇ ਮੱਥਾ ਟੇਕਣ ਗਏ ਸੀ, ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ। ਉਹ ਕਹਿੰਦੇ ਬੇਟੀਆਂ ਆ ਜਾਣਗੀਆਂ ਫਿਰ ਮਨਾਵਾਂਗੇ, ਹਲ ਤਾਂ ਸੁਬਾਹ ਮੱਥਾ ਟੇਕਣੇ ਗਏ ਸੀਗੇ ਜੀ, ਪਰ ਜਦ ਨੂੰ ਇਹ ਕੰਮ ਹੋ ਗਿਆ ਜੀ। ਅਤੇ ਜਿਹੜੇ ਹੁਣ ਡਰਾਈਵਰ ਜਾਂ ਹੋਰ ਖੜੇ ਗਏ ਜੀ? ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ, ਬਾਅਦ ਦੇ ਵਿੱਚ ਜਦ ਉਹਨੇ ਦੇਖਿਆ ਜੀ ਬੰਦੇ ਆ ਗਏ, ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਏ ਜੀ। ਡਰਾਈਵਰ ਵੀ ਹੋ ਗਿਆ, ਤਾਂ ਬ੍ਰਦਰ ਉਹਦੇ ਮੰਮੀ ਡੈਡੀ। ਕੀ ਮੰਗ ਕਰਦੇ ਤੁਸੀਂ ਵੀ ਜਿਹੜੀ? ਮੰਗ ਤਾਂ ਜੀ ਚਲੋ ਹੁਣ ਜੋ ਕਾਰਵਾਈ ਹੋਊਗੀ ਦੇਖਾਂਗੇ ਜੀ, ਪਰਚਾ ਪੁਰਚਾ ਹੋ ਗਿਆ ਜੀ, ਗਾਹਾਂ ਨੂੰ ਇੱਦਾਂ, ਹੁਣ ਤਾਂ ਗਲਤੀ ਕਰਤੀ, ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ, ਹੁਣ ਗਾਹਾਂ ਕਿਸੇ ਹੋਰ ਦਾ ਨਾ ਕਰੇ ਜੀ। ਕੱਲ੍ਹ ਕੁਝ ਖਾਧਾ ਪੀਤਾ ਹੋਵੇ, ਸਮੈਕ ਸਮੁਕ ਪੀਂਦਾ ਹੋਵੇ, ਕੀ ਪਤਾ ਇਹੋ ਜਿਹੇ ਬੰਦੇ ਦਾ। ਕਿੰਨੀ ਮੈਰਿਜ ਐਨਵਰਸਰੀ? ਨੀਅਰ ਅਬਾਊਟ ਹੋਊਗੀ ਜੀ 35ਵੀਂ ਜੀ ਹੋਊਗੀ ਜੀ। ਅਤੇ ਹੁਣ ਪਰਿਵਾਰ ਪਿੱਛੇ ਕੌਣ ਕੌਣ? ਪਰਿਵਾਰ ਦੇ ਵਿੱਚ 2 ਬੇਟੀਆਂ ਨੇ, ਉਹਨਾਂ ਦੀ ਮੈਰਿਜ ਹੋਈ ਆ, ਬੇਟਾ ਅਨਮੈਰਿਡ ਆ ਜੀ। ਇਹ ਮੌਤ ਹੋਈ ਜੀ ਇੱਥੋਂ ਵਿਆਹ ਦੇ ਵਿਚੋਂ, ਯਾਰ ਮੀਆਂ ਬੀਬੀ ਦੋਨੇ ਹੀ, ਰਾਜਵਿੰਦਰ ਕੌਰ ਅਤੇ ਉਹਦਾ ਘਰਵਾਲਾ ਜਰਨੈਲ ਸਿੰਘ। ਉਹਦੀ ਮੈਚ ਨਹੀਂ ਵੀ ਸੀਗੀ, ਉਹਦਾ ਜਨਮਦਿਨ ਸੀ ਉਦੋਂ, ਉਹ ਜਾਣੀ ਮੱਥਾ ਰੱਖਣ ਰਾੜਾ ਸਾਹਿਬ ਗੁਰਦੁਆਰੇ 'ਚ, ਜਦੋਂ ਭਰਾਣੀ ਲੰਘ ਕੇ ਪਿੰਡ ਜੀਕੇ ਰਿਜੋਰਟ ਦੇ ਨਾਲ ਪਹੁੰਚੇ, ਜੀਕੇ ਰਿਜੋਰਟ ਗੁਰ ਉਹਦੇ ਕੋਲ ਪੈਲਸ ਕੋਲ ਪਹੁੰਚੇ, ਤਾਂ ਉੱਧਰ ਇੱਕ ਸਕਾਰਪੀਓ ਆਈ ਟਰੱਕ ਨੂੰ ਕੁਛ ਕਰਦੀ, ਉਹਨੇ ਸਾਈਡ ਮਾਰੀ ਉਹਨਾਂ ਨੂੰ।
ਕਿਵੇਂ ਜਿਹੜਾ ਹਾਦਸੇ ਦੇ ਵਿੱਚ ਦੋਨਾਂ ਦੀ ਮੌਕੇ 'ਤੇ ਮੌਤ? ਇੱਕ ਇੰਜਨੈਸ ਦੀ ਮੌਕੇ 'ਤੇ ਮੌਤ ਹੋ ਗਈ, ਜਿਹੜੀ ਘਰ ਵਾਲੀ ਸੀ ਰਾਜਵਿੰਦਰ ਕੌਰ ਉਹਦੀ DMC ਹੋ ਜਾਵੇ। ਅੱਛਾ, ਅਤੇ ਹੁਣ ਜਿਹੜਾ ਪੋਸਟਮਾਰਟਮ ਵਗੈਰਾ? ਅਸੀਂ ਪਰਚਾ ਮੁਕਦਮਾ ਦਰਜ ਕਰਤਾ ਗੱਡੀ ਦੇ ਖਿਲਾਫ, ਗੱਡੀ ਵਾਲੇ ਖਿਲਾਫ, ਗੱਡੀ ਵਾਲਾ ਭੱਜਿਆ ਫਰਾਰ ਆ। ਕਿਹੜੀਆਂ ਕਿਹੜੀਆਂ ਧਾਰਾਂ ਤਹਿਤ ਮੁਕਦਮਾ? 279, 400, 427, 304 ਅਤੇ ਜਿਹੜਾ ਡਰਾਈਵਰ ਆ ਫੜਿਆ ਗਿਆ, ਡਰਾਈਵਰ ਭੱਜਿਆ ਹੋਇਆ, ਗੱਡੀ ਕਾਬੂ ਆ। ਅੱਛਾ ਜੀ, ਅਤੇ ਹੁਣ ਜਿਹੜੀ ਲਾਸ਼ਾਂ ਨੂੰ ਜਿਹੜਾ ਪੋਸਟਮਾਰਟਮ ਕਰਾ ਕਰਾ ਰਹੇ ਹਾਂ। ਅਤੇ ਇੱਕ ਹੋਰ ਦੱਸ ਦਿਓ, ਜਿਹੜੇ ਜਨਮ ਦਿਨ ਸੀ ਉਹ ਜਿਹੜਾ ਕਿਹਦਾ ਸੀ? ਵਰੇਗੰਢ ਪਹਿਲਾਂ ਹੀ ਹੋ ਗਿਆ ਕੰਮ, ਦੋ ਕਿਲੋਮੀਟਰ ਪਿੱਛੇ ਹੋ ਗਿਆ। ਜਾਂਦੇ ਹੋਏ ਜੀ ਕੇ ਰਿਜ਼ੋਰਟ ਪਤਾ ਜੀ ਆਪਣੇ ਪੈਲਸ ਘਰਾਣੀ ਲੰਘ ਕੇ ਜੀ ਕੇ ਰਿਜ਼ੋਰਟ।